ਯਾਰ ਜੱਗਿਆ, ਇਹ SYL ਦੇ ਪਾਣੀਆਂ ਦਾ ਕੀ ਮਸਲਾ? ਯਾਰ ਇਹ ਗੱਲ ਆਪਣੇ ਵੀ ਪੱਲੇ ਨਹੀਂ ਪਈ, ਪਰ ਆ ਪੜੇ ਆ, ਇਹਨਾਂ ਤੋਂ ਪੁੱਛਦੇ ਆ। ਓ ਜੀਤੇ, ਉਰਾ ਆ ਪੁੱਤ। ਸਤਿ ਸ਼੍ਰੀ ਅਕਾਲ ਜੀ, ਜਿਉਂਦੇ ਰਹੋ। ਹਾਂਜੀ, ਇੱਕ ਗੱਲ ਤਾਂ ਦੱਸ, ਆ ਪਾਣੀਆਂ ਦਾ ਕੀ ਰੌਲਾ? ਉਹ ਨਾਲੇ ਸਾਨੂੰ ਕਿਹੜਾ ਫਰਕ ਪੈਂਦਾ ਬਈ, ਦਰਿਆ ਦਾ ਪਾਣੀ ਆ, ਜਿੱਥੇ ਮਰਜ਼ੀ ਜਾਈ ਜਾਵੇ। ਓ ਤਾਇਆ ਜੀ, ਇੱਕ ਮਿੰਟ, ਆਇਆ ਮੇਰੇ ਕੋ ਪਾਣੀ ਦੀ ਬੋਤਲ। ਪੰਜਾਬ ਵਿੱਚ ਪਹਿਲਾਂ ਸੀ ਇੰਨਾ ਪਾਣੀ। ਤਾਇਆ ਜੀ, ਗਲਾਸ ਫੜਾਉਂਗੇ ਇੱਕ ਮਿੰਟ? ਲੈ, ਪਾਕਿਸਤਾਨ ਬਣਨ ਤੋਂ ਬਾਅਦ 5 ਦਰਿਆਵਾਂ ਵਿੱਚੋਂ ਬਚ ਗਏ, ਦਰਿਆਵਾਂ ਦਾ ਪਾਣੀ ਆ ਇੰਨਾ, ਜਿਸ ਵਿੱਚੋਂ ਰਾਵੀ ਤੇ ਬਿਆਸ ਦਰਿਆਵਾਂ ਦਾ ਅੱਧੇ ਨਾਲੋਂ ਜ਼ਿਆਦਾ ਪਾਣੀ ਦੇ ਦਿੱਤਾ ਰਾਜਸਥਾਨ ਨੂੰ, ਤੇ ਆਪਣੇ ਕੋਲ ਬਚਿਆ ਇੰਨਾ ਕੁ ਪਾਣੀ। ਬੇੜਾ ਬਹਿ ਜੇ, ਉਹ ਇੰਨਾ ਸਾਰਾ ਪਾਣੀ ਮੁਫਤੀ? ਉਹ ਤਾਇਆ, ਮੁਫਤ ਦਿੱਤਾ, ਬਿਲਕੁਲ ਮੁਫਤ। ਨਾਲੇ ਹੁਣ ਕਹਿੰਦੇ ਆ ਇਸ ਬਚ ਗਏ ਪਾਣੀ ਵਿੱਚੋਂ ਅੱਧਾ ਦੇ ਦਿਓ ਹਰਿਆਣੇ ਨੂੰ ਤੇ ਦਿੱਲੀ ਨੂੰ ਵੀ, ਤੇ ਆਪਣੇ ਕੋਲ ਰਹਿ ਜਾਣਾ ਆ ਇੰਨਾ ਪਾਣੀ। ਤੇ ਆਪਾਂ ਕਰਜ਼ੇ ਲੈ ਕੇ ਟਿਊਬਲ ਲਾ ਕੇ ਆਪਣੀਆਂ ਫਸਲਾਂ ਨੂੰ ਪਾਣੀ ਲਾਉਣ ਡਏ ਆ। ਆਹੋ ਤਾਇਆ, ਤੇ ਆ ਹੁਣ ਕਹਿੰਦੇ ਆ SYL ਬਣਾ ਕੇ ਤੁਹਾਡਾ ਹੋਰ ਪਾਣੀ ਲੈਣਾ। ਇਹਨਾਂ ਦੀ ਇਸੇ ਲਈ ਬਾਦਲ ਸਰਕਾਰ ਲੱਗੀ ਆ ਪਾਣੀ ਰੋਕਣ ਤੇ, ਜੇ ਹੋਰ ਪਾਣੀ ਚਲਾ ਗਿਆ ਸਾਡੀਆਂ ਤਾਂ ਫਸਲਾਂ ਉੱਜੜ ਜਾਣੀਆਂ, ਅਸੀਂ ਤਾਂ ਮਰ ਜਾਣਾ। ਓਏ ਸਰਕਾਰ ਹੀ ਨਹੀਂ, ਹੁਣ ਆਪਾਂ ਵੀ ਰੋਕਾਂਗੇ ਪਾਣੀ ਨੂੰ। ਹਾਂ, ਓਏ ਸਾਡੇ ਪੰਜਾਬ ਦਾ ਪਾਣੀ, ਉਹ ਸਾਡੇ ਕੋਲ ਤਾਂ 2 ਬੂੰਦਾਂ ਨਹੀਂ ਕਿਸੇ ਨੂੰ ਦੇਣ ਜੋਗੀਆਂ। ਹੈ ਉਹ ਪੰਜਾਬ ਦਾ ਪਾਣੀ, ਸਾਡਾ ਪਾਣੀ।